ਮੇਰੇ ਵਾਰਿਸ ਪਾਕ ਦੀ ਸਲਾਮਤੀ ਵਾਸਤੇ दर्द कम अब्बास
ਮੈਂ ਇਹ ਅਰਜ਼ ਕਰਾਂ ਕਿ ਇੱਕ ਬਾਤ ਜ਼ਿਹਨ ਵਿੱਚ ਰੱਖੋ ਕਿ ਜਿਹੜਾ ਕਰੂਜ ਹੋ ਸੀ, ਇੰਤਕਾਮ ਹੋ ਸੀ, ਸ਼ਾਇਦ ਮੇਰਾ ਖਿਆਲ ਹੈ ਕਿ ਜਿਹੜੀ ਜ਼ਾਤ ਨੇ ਸਭ ਤੋਂ ਆਖਿਰ ਤੇ ਮੁਸਕਰਾਵਣਾ ਉਹ ਸ਼ਹਿਨ ਸ਼ਾਹ ਬਾਬਾ ਜਿਹਨਾਂ ਸਭ ਤੋਂ ਆਖਿਰ ਤੇ ਮੁਸਕਰਾਵਣਾ ਉਹ ਕਿਰਦਗਾਰ ਹੈ ਬਾਬਾ ਰੁਖ ਮੰਤਕਿਉਂ ਕਾ ਦੇਖ ਕਰ ਕੁਛ ਆਸਸੀ ਬਦਲੇ ਲਗੀ ਬਦਲੇ ਕੀ ਠੰਡਕ ਸੇ ਘਟਾ ਥੋੜਾ ਸਗਮ ਮੱਬਾਸ ਮੁੰਤਕਿਮ ਦੀ ਆਮਦ ਹੈ ਨਾ ਸਦੀਆਂ ਸੇ ਸੂਖੀ ਸੀ ਮਸ਼ਕ ਉਮੀਦ ਸੇ ਤਰ ਹੋ ਗਈ ਸਦੀਆਂ ਸੇ ਸੂਖੀ ਸੀ ਮਸ਼ਕ ਉਮੀਦ ਸੇ ਤਰ ਹੋ ਗਈ ਜੋਸ਼ ਜਵਾਨੀ ਸੇ ਬੜਾ ਅਬ ਰੂਪ ਖਮ ਅਬਾਸ ਕਾ ਤੁਮੇ ਆਲੋ ਸਰਦਾਰ ਆਲੋ ਮੋਹਿਆਵਾ ਸਦੀਆਂ ਜਵਾਨੀ ਸੇ ਬੜਾ ਗੈਸ ਨੂੰ ਪਹਿਲੇ ਨਹੀਂ ਹੈ ਜੋਸ਼ੇ ਜਵਾਨੀ ਸੇ ਬੜਾ ਅਬ ਰੂਪ ਖਮ ਅਬਾਸ ਇੱਕ ਬਾਰ ਤਲਵਾਰ ਪਰ
ਸ਼ਬਦ ਇਸਤੇਮਾਲ ਮੈਂ ਕੀਤੇ ਤਲਵਾਰ ਕਰੇ ਜਮਨੇ ਲਗਾ ਫਿਰ ਸੇ ਭਰਮ ਉਹ ਰਵੀਆ ਤੇ ਰੱਖੋ
क्योंकि किरदार को नेगेटिव पॉजिटिव दोस्त का भी किरदार है दुश्मन का भी किरदार है एट ए टाइम टू किरदार है एक के सिचुएशन में एक ने दोस्ती की थी तो हुकु जमाने दे इमाम भी हजरत भी अभी अंत में उम्मी मेरे बाद भी उधर तो कुर्बान हो जी और उन सिचुएशन का भी आदमी है इधर तो मैं मुसलसल पहले कुछ अर्ज कर चुका मैं और ज्यादा डिटेल में पैसा वा तो गड़बड़ थी तो मैं अर्ज की था कि बुनियादी तौर पर अगर ऐसा इंसानियत की तकसीम करें नहीं है तो इंसानियत बुनियादी तौर पर आठ हवाले पर देनी मुसलमान मेन आठ हवाले सारे इतने छे अरब इंसान मौजूद है कायनात की दुनिया के कि छे अरब इंसान अगर इनका एक्चुअल लिखा वजे बुनियादी हवाले यानी बुनियादी हवाले तो मुराद यानी उम्र के हवाले के नाल असर देते हैं कि बच्चा है जवान है लड़का है जवान है बुढ़ा है ज़ईफ है जी एक हवाला है दूसरा हवाला आए की जिंदगी शादी शुदा है गैर शादी शुदा है रंडवा है बेवा है एक आए की हवाला थी ਬਿਆਨੀ ਗ੍ਰਿਸ਼ਤਾਂ ਦੇ ਹਵਾਲੇ ਨਾਲ ਔਰਤਾਂ ਦੇ ਹਵਾਲੇ ਨਾਲ ਦੇਖੋ ਮਾਵਾਂ ਹਨ ਬੇਟੀਆਂ ਹਨ ਬੇਟੀਆਂ ਹਨ ਵਗੈਰਾ ਵਗੈਰਾ ਇਹ ਵੀ ਇੱਕ ਹਵਾਲਾ ਹੈ ਬਿਆਨੀ ਇਹ ਅਗਰ ਰਿਸ਼ਤੇ ਦੇ ਵਾਲੇ ਮਰਦ ਦਾ ਸਪਸ਼ਟ ਮੈਸੋ ਤੋ ਵਾਲਿਦ ਹੈ ਔਲਾਦ ਹੈ ਫਿਰ ਅੱਗਾ ਉਹਨਾਂ ਦੀਆਂ ਕਿਸਮਾਂ ਆ ਗਿਆ ਕਿ ਵਾਲਿਦ ਹੈ ਜਵਾਨ ਪੁੱਤਰ ਦਾ ਵਾਲਿਦ ਹੈ ਬੱਚੇ ਦਾ ਵਾਲਿਦ ਹੈ ਤੋ ਕਿਸੇ ਹਵਾਲੇ ਨਾਲ ਵੀ ਕਰ ਬਲਾ ਦੇਖੋ ਤਾਂ ਹਰ ਹਵਾਲੇ ਦਾ ਕੋਈ ਨਾ ਕੋਈ ਸ਼ਖਸੀਅਤ ਪੱਤਰ ਜਵਾਨੀ ਜ਼ਰੂਰ ਕਰ ਯਾਨੀ 6 ਅਰਬ ਇਨਸਾਨੀਅਤ ਨੂੰ ਸਿਰਫ 144 ਅਫਰਾਦ ਦੀ ਨੁਮਾਇੰਦਗੀ ਦਿੱਤੀ ਗਈ ਹੈ ਕਿ ਇਹਨਾਂ 144 ਅਫਰਾਦ ਨੂੰ ਤੇ ਨਿਗਾਹ ਤੇ ਕਰੋ 6 ਅਰਬ ਇਨਸਾਨ ਜਹੰਨਮ ਤੋਂ ਬਚ ਸਕਦੇ ਹੈ ਜੀ ਆਲਾ ਮਕਾਮਾਤ ਹਾਸਲ ਕਰ ਸਕਦੇ ਅਬੂ ਨਸਰੀ ਹਿਸਾਬ ਨਾਲ ਦੇਖੋ ਅਜਮੀ ਅਲ ਅਰਬੀ ਸਿਆਫਾਮ ਐਂਡ ਗੋਰੇ ਹਨ ਕਾਲੇ ਹਨ ਸਭ ਤਰ੍ਹਾਂ ਦੇ ਮਾਨੀ ਉਤਾ ਮਤਲਬ ਹੈ ਮੌਜੂਦ ਹੈ ਨੁਮਾਇੰਦਗੀ ਮੌਜੂਦ ਹੈ 6 ਅਰਬ ਇਨਸਾਨੀਅਤ ਦੀ ਫਿਰ ਅਗਰ ਅਸਾਂ ਇਹਨਾਂ 8 ਫਿਰ 8 ਨਾਲ ਜ਼ਰਬ ਦਿੱਤੀ ਵਜੇ ਕਿਉਂਕਿ ਹੈ ਇੱਕ ਇੱਕ ਦੇ ਹਵਾਲੇ ਦੇ ਅੰਦਰ 8 8 ਛੋਟੇ 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 ਨੇ ਔਰ ਫਿਰ ਉਹਨਾਂ ਦੇ ਜ਼ਾਇਰੀ ਹਵਾਲੇ ਅਗਰ ਸ਼ਾਮਿਲ ਕਰ ਦਿੱਤੇ ਵਜੇ ਤਾਂ ਉਹ ਤਕਰੀਬਨ 150 ਅਰਬ 150 ਅਗਰ ਮਿਲਾ ਦਿੱਤਾ ਵਜੇ ਤਾਂ 22,000 ਹਵਾਲਾ ਬਣ ਬਣਦਾ ਹੈ ਕੁੱਲ ਇਨਸਾਨ 6 ਅਰਬ ਇਨਸਾਨੀਅਤ 22,000 ਹਵਾਲਾ ਹੈ ਕੁੱਲ ਸ਼ਹੀਦ ਕਿਤਨੇ ਹੈ ਚੁੱਕਾ 313 ਯਾਨੀ ਦਾਇਰਤ ਕੁੱਲ 313 ਕਰਬਲਾ ਦਾ ਹਰ ਕਿਰਦਾਰ ਇੱਕ ਟੀਚਾ ਇੱਕ ਦਰਸ ਦੇ ਕਰਬਲਾ ਵਿੱਚ ਜਿੰਨੇ ਵੀ ਘੜੀ ਨਾਲ ਮੇਰਾ ਕੋਈ ਸੰਗਤ ਨਹੀਂ ਬਣਦੀ ਹਲਾ ਚਾਹੇ ਉਹ ਦੋਸਤ ਦਾ ਕਿਰਦਾਰ ਹੈ ਚਾਹੇ ਉਹ ਦੁਸ਼ਮਣ ਦਾ ਕਿਰਦਾਰ ਹੈ ਉਹ ਇੱਕ ਟੀਚਰ ਹੈ ਸਬਕ ਦੇ ਰਿਹਾ ਕਿਉਂਕਿ ਰਾਹ ਹੱਕ ਦੇ ਰਾਹੀ ਵਾਸਤੇ ਕਰਬਲਾ ਇੱਕ ਜ਼ਿੰਦਾ ਦਰਸ ਹੈ ਜ਼ਿੰਦਾ ਜਾਵੇਦ ਦਰਸ ਹੈ ਉਹਦੇ ਦੁਸ਼ਮਣ ਵੀ ਇੱਕ ਟੀਚਰ ਹੈ ਕਿਉਂਕਿ ਖੱਡੇ ਵਿੱਚ ਢਾਣ ਵਾਲਾ ਪਿਛਲੇ ਵਾਸਤੇ ਤੇ ਰਹਿਨਮਾਈ ਕਰ ਰਿਹਾ ਹੁੰਦਾ ਧਿਆਨ ਕਰੇ ਤੂੰ ਬੱਚੇ ਉਹ ਵੀ ਪਿਛਲੇ ਕੋ ਦੱਸ ਦੇ ਰਿਹਾ ਹੁੰਦਾ ਖੱਡੇ ਚ ਢਾਣਦਾ ਪਿਆ ਤੋ ਦੁਸ਼ਮਣ ਵੀ ਕਈ ਸ਼ਖਸ ਨੇ ਪੁੱਛਿਆ ਜਨਾਬ ਲੁਕਮਾਨ ਕਰੋ ਕਿ ਤੁਸਾਂ ਇਹ ਦੱਸੋ ਤੁਸਾਂ ਇਹ ਅਕਲਮੰਦੀ ਉਹ ਦਾਨਿਸ਼ ਉਹ ਹਕਮਤ ਕਿਥੋਂ ਹਾਸਲ ਕੀਤੀ ਉਹਨਾਂ ਨੇ ਕਿ ਜਾਹਿਲਾ ਬਣ ਜੀ ਕਿ ਜੋ ਜਾਹਿਲ ਕੋਲੋਂ ਨਹੀਂ ਹਨ ਮੈਂ ਨਹੀਂ ਕੀਤਾ ਉਹ ਅਕਮਤ ਦਾਨਿਸ਼ਮੰਦੀ ਯਾਨੀ ਨੈਗੇਟਿਵ ਕਿਰਦਾਰ ਵੀ ਉਸਤਾਦ ਹੁੰਦਾ ਹੈ तो लुकमान कैसे तो उस्ताद हो सकते तो सारा भी हो सकता है ना कि जो किरदार चुनो यजीद और दीगर बलाइन ने अकीते उन्हें तो अगर ऐसा बच जाओ तो ये भी सारे वास्ते किरदार से उन्हें का किरदार भी किरदार से नेगेटिव भी किरदार से पॉजिटिव भी किरदार से जितने लोग भी राह हक का सफर करते हैं जितने भी लोग राह हक का मैं बार बार आपसे जितने भी लोग राह हक का ਸਫਰ ਅਖਤਿਆਰ ਕਰਦੇ ਉਹਨਾਂ ਵਾਸਤੇ ਸਭ ਤੋਂ ਪਹਿਲਾ ਮਰਹਲਾ ਹੁੰਦਾ ਹੈ ਸਮਤ ਦਾ ਦਰੁਸਤ ਕਰਨਾ ਪਹਿਲਾ ਮਰਹਲਾ ਸਮਤ ਡਾਇਰੈਕਸ਼ਨ ਰੁਖ ਦਾ ਤਾਇਨ ਕਰਨਾ ਰੁਖ ਸਹੀ ਹੋਵੇ ਕਿਉਂਕਿ ਪਹਿਲਾ ਮਰਹਲਾ ਹੈ ਰੁਖ ਸਹੀ ਹੋਵੇ ਇਹ ਵਾਸਤੇ ਸ਼ਹਿਦ ਸ਼ਾਹ ਅਮੀਰ ਮੁਮਿਨੀਨ ਰਸੂਲ ਸਲਾਮ ਦਾ ਇੱਕ ਫਰਮਾਨ ਹੈ ਕਿ ਅਗਰ ਤੁਸੀਂ ਜੰਗਲ ਵਿੱਚ ਅਧਾਰੀ ਆ ਕੇ ਰਾਹ ਭੁੱਲ ਗਏ ਤਾਂ ਜਿੱਥਾ ਖੜੇ ਉੱਥੇ ਬਹਿ ਜਾਓ ਉਹ ਪਾਸੇ ਮੂੰਹ ਰੱਖ ਕੇ ਬਹਿ ਜਾਓ ਤਾਂ ਕਿ ਕੋਈ ਵਾਕਿਫ ਆ ਕੇ ਨਸਾਵੇ ਵਰਨਾ ਇਹ ਵੀ ਹੋ ਸਕਦਾ ਕਿ ਤੁਸੀਂ ਵਜੜਾ ਮਗਰੇ ਵਾਲੇ ਪਾਸੇ ਹੋਵੇ ਰੁਖ ਵਾਲਾ ਫਿਰ ਗਿਆ ਤੁਸੀਂ ਮਸ਼ਰੇ ਵਾਲੇ ਪਾਸੇ ਸਫਰ ਕੀਤਾ ਮੰਜ਼ਿਲ ਨੂੰ ਹਰ ਕਦਮ ਦੂਰ ਕਰੇ ਜੀ ਮਜ਼ੀਦ ਦੂਰ ਹੋਣ ਨੂੰ ਬਹਿਤਰ ਹੈ ਕਿ ਤੁਸੀਂ ਜਿੱਥੇ ਆਏ ਉੱਥੇ ਹੀ ਰੁਕ ਜਾਓ ਕਿ ਜ਼ਿਆਦਾ ਫਾਸਲਾ ਨਾ ਚੀ ਤੋ ਸਮਤ ਦਾ ਤਾਇਨ ਕਰਨਾ ਬੜਾ ਜ਼ਰੂਰੀ ਹੈ ਕੋਈ ਵੀ ਆਦਮੀ ਰੁਕ ਕਰਦਾ ਹੈ ਕਈ ਸਾਈਡ ਤੇ ਸਫਰ ਕਰਦਾ ਹੈ ਤੋ ਇਹ ਰਾਹ ਹੱਕ ਦਾ ਸਫਰ ਵਾਸਤੇ ਵੀ ਸਭ ਤੋਂ ਪਹਿਲੇ ਆਪਣੀ ਸਮਝ ਦਾ ਤਾਇਨ ਕਰਨਾ ਬੜਾ ਜ਼ਰੂਰੀ ਹੈ ਔਰ ਇਹ ਵੀ ਸਭ ਕਰਬਲਾ ਰਹੀ ਹੈ ਹੁਣ ਤੁਮਣੀ ਇਹ ਵੀ ਸਭ ਕਰਬਲਾ ਨੇ ਦੱਸ ਦਿੱਤਾ ਹੈ ਕਿ
کہ سفر نجات واسطے درست سمت دا ہونا بڑا ضروری ہے. اور درست سمت کیڑی ہوندی ہے؟ ہر وہ سمت درست ہوندی ہے جیڑی سمت دے تے زمانے دا امام ہوندی ہے. سمت دی درستی دا کیا پیمانہ ہے؟ کہ وہ سمت ہر وہ سمت درست ہے جیڑی سمت دے تے زمانے دا امام ہو گئے. ایں واسطے فرمایا گیا مما تا ولا پیار کو ماما زمانے بغل ماں تو بھی تبل جائے گا. سارے پڑھ دے کہ جو زمانے دی امام دی معرفت حاصل کیتے بغیر مر گیا, مر گیا جاہلیت کفر دی موت. اچھا ایک میں وضاحت کی دیکھنا کہ جہالت اور جاہلیت کی فرق ہے. جہالت ہوتی ہے لا علمی, لا علمی دی سزا تھوڑی ہوتی ہے. ڈاکٹر صاحب جہالت لا علمی ہے. میں کوئی پاکستان دے قانون دا پتہ نہیں. اگر ایک مطلب پروہیبٹڈ ایریا ہے لکھیا کڑا کہتا جی ممنوع ایریا ہے اندر میں انگلش پڑھیا ہوا نہیں, بورڈ لگا کڑا ہے لیکن اندر باوجود میں اندر گھس گیا. انہوں نے پوچھا میں جی ان پڑھ آدمی میں انہیں پتہ ہونا کہ بورڈ نہیں کہا میں انگلش بابا میں اردو نہیں پڑھ سکتا. تو اکثر چلو جا جا بچا ٹھیک ہے نا. ہاں لائن بھی جیڑی ہے اندر ایک آدمی دے کول تھوڑی جی سزا کم ہوندی ہے, تھوڑی بھی پنشمنٹ دی ویسی. لیکن جہالت جیڑی ہے لائن اور جاہلیت انکار عمل ہے. جاہلیت دی موت ہے انکار امت دی, گویا انہیں جان بوجھ کے زمانے دی موت دا انکار کیتا ہے. ہوں اتنا ایک میں یاد کرے صاحب ان حدیث دے اوتے عموماً میرے خیال ہے کوئی عالم ایسا نام سے جائے تو گفتگو نہ کی تھی ہوگی. جی کوئی عالم اور سارے علماء ربانی جین ہیں یا چڑے بھی علماء ہیں سارے تقریباً ہی حدیث دتے روشنی ضرور پاتی ہے. میں یہ عرض کرنا چاہنا کہ کیا معرفت مقصود بالذات ہے یا مقصود بالغیر ہے؟ ایک میں ذرا وضاحت کرا کہ کیا زمانے دے امام علیہ السلام دی معرفت ہی بذات خود ایک مقصد ہے یا کہیں مقصد دے حصول دا ایک ذریعہ ہے؟ یہ سمجھا نہیں بھائی. کیا ایک معرفت خود ایک منزل ہے یا مقصد دے حصول دا ایک رستہ ہے؟ معرفت کیا ہے؟ ایک عام طور پر سارے کو لینا استعمال کی دیں جان اور پہچان. جاننا ہوں سرسری طور پہ, پہچان دے وچ اتار ہوں گے جڑا تھوڑا گہرائی وچ اترتا ہے اُدھر میرے اچھی خاصی پہچان ہے. جاننا تو جان تو ہر کچھ ہوں گے نا. یہ بھی ایک عجیب گل ہے کہ معرفت عرفان تعارف سارے کا مادہ ہے کہ مگر انہوں کا آپس میں بڑا فرق ہے. معرفت اور تعارف دے فرق ہے, تعارف اور عرفان دے فرق ہے, انہوں سارے چیزوں آپس میں فرق ہے جبکہ مادہ ہے کہ ادھر تو میں ہم کو نہیں کر دیا. ہاں معرفت جیڑی یہ ہوتی ہے, میں صرف معرفت چلا رہا ہوں. معرفت تا یہ ہوتا ہے کہ معرفت دے نال کیفیات جنم گھندے. اگر معرفت پیدا تھی سی تو انسان دے اندر اندر جسم دے اتے اندر نفس دے اتے اندر ذہن دے اتے کچھ کیفیات پیدا تھی سن. معرفت تا ایک نتیجہ ہے. یعنی ایک آدمی میں مثال لینا کہ ایک فوجی ہے سپاہی ہے ڈیوٹی دے کھڑے, ایک سفید کپڑے میں ایک آدمی ہے انہوں کو روکے ہلو جی کھڑو جی میں تو ڈیوٹی دکھا کون سی انہوں نے دسیا جی میرا نام جی فلاں ہے. اچھا جی کتوں آئے ہو جی؟ انہیں فلاں ضلع تو آئے تیرے والد صاحب کا نام انہیں دس دیتا جی سارے کواج میں پوچھ بھی دے وہ بندہ جہاں ہے ہوں فوجی اپنا ڈٹیا کھڑے سیڑا کاٹ کے کھڑے انہیں سامنے جی آ کے تو پوچھا کرے دے کیا ہوں کہ میں کور کمانا جی کور کمانا جڑے دے رہے اپنا پتہ لگو ہوں وہ دیکھ کے بھی بڑی نیک جی میں ڈانگ ماری ہو سر یہ مطلب ہے کہ صرف نام دا معلوم ہونا وزدیت دا معلوم ہونا تعارف نہیں ہے عرفان نہیں ہے معرفت نہیں ہے اندر منصب آلہ دا جس وقت ادراک کسی عمر اپنے تھے کیفیات مرتب تھیمن تو معرفت ہے بتا معرفت نہیں ہے. میری گال سمجھا نہیں. انہیں کمائے تو ایک آدمی میں نے سے
ਅਫਰੀਕਾ ਦੇ ਜੰਗਲਾਂ ਚ ਫਿਰਦਾ ਵਧੇ, ਕਾਟਨ ਦੇ ਸ਼ੌਕੀਨ ਨੇ, ਪੌਦੇ ਮੁਖਤਲਿਫ ਦੇ ਦਾਵਤ ਹੈ, ਇੱਕ ਪੌਦੇ ਬੁਰੇ ਦੇ ਬਹਿ ਬੁਰੇ ਦੇ ਬਹਿ ਬੁਰੇ ਦੇ ਹਰੀਆਂ ਨੇ ਬੜਾ ਖੂਬਸੂਰਤ ਬੋਲਣ ਦੇ ਗੁਲਾਲ ਹੈ, ਪੀਲੀ ਹੈ, ਜੀ ਹੈ, ਬੂ ਹੈ, ਉਹ ਬੜਾ ਖੁਸ਼ ਸੀ ਕਿ ਉਹਨੇ ਫੋਟੋਗ੍ਰਾਫੀ ਕਰਨ ਦਾ ਪਿਆ ਪੁੱਛਾ ਵਾ, ਇੱਕ ਨਾਲ ਆਵੇ ਤੇ ਉੱਥੋਂ ਦਾ ਉਹ ਉਹਨਾਂ ਮਗੋਬੋ ਕਬੀਲੇ ਦਾ ਉੱਥੋਂ ਦਾ ਇਲਾਕਾ ਹੀ ਬੰਦਾ, ਉਹ ਆਵੇ ਤੇ ਉਹ ਆਦੇ ਸਾਹਿਬ ਜੀ ਦੇ ਨੇੜੇ ਨਾ ਵਜਾਏ, ਪੌਦਾ ਹੀ ਵੇ ਆਦਮਖੋਰ, ਬੰਦ ਜਿਹੜੀ ਆ ਕੇ ਹੋਇਆ ਆਦਮਖੋਰ, ਠੀਕ ਹੈ ਨਾ, ਤੂੰ ਤਾਂ ਤਰ੍ਹਾਂ ਦੀ ਗੱਲ ਸੀ, ਕਈ ਪੌਦੇ ਹਿੰਦ ਅਫਰੀਕਾ ਵਿੱਚ ਜਿਹੜਾ ਹੱਥ ਲਾਵੇ ਬੰਦਾ ਤਾਂ ਪਕੜ ਕੇ ਰੱਬ ਖਾ ਪੀ ਲੈਂਦਾ, ਤੋ ਉਹ ਮੇਰੇ ਬਦਲੇ ਕਿ ਆਦਮ ਕਿਉਂਕਿ ਆਦਮੀ ਕੋ ਕਮਾ ਹੱਕ ਉਹ ਜਿਹੜੇ ਵੇਲੇ ਮੈਂ ਅੱਤਾ ਮੈਂ ਬੜਾ ਜਲਦੀ ਜਲਦੀ ਜਾਣਾ ਚਾਹੁੰਦਾ ਕਿਉਂਕਿ ਮੇਰੀ ਇੱਕ ਮੰਜ਼ਲ ਹੈ ਔਰ ਵਕਤ ਰਾਤ ਹੈ, ਕੱਲ ਮਾਂ ਰਮਜ਼ਾਨ ਦੀ ਰਾਤ ਦੇ ਵਿੱਚ ਬੜਾ ਮਸਰੂਫ ਹੋਣ ਸਾਰੀ ਸਾਰੀ ਬਰਾਦਰੀ ਡਿਊਟੀਆਂ ਕਰਨੀਆਂ ਹੁੰਦੀਆਂ, ਹਰ ਕੋਈ ਚਾਪੇਦਾਰੀ ਦੀ ਆਪਣੀ ਡਿਊਟੀਆਂ ਹੁੰਦੀਆਂ ਹਰ ਕੋਈ, ਤੋ ਮੈਂ ਇਸ ਕਰਨਾ ਚਾਹਤੇ ਹੁਣ ਮੈਂ ਮਾਰਫਤ ਦਾ ਮਤਲਬ ਇਹ ਤੋਂ ਸਮਝ ਆ ਗਿਆ ਕਿ ਉਹ ਤਾਰਫ ਜਿਹੜਾ ਇਨਸਾਨ ਨੂੰ ਤੇ ਕੁਝ ਕੈਫੀਆਤ ਮੁਰਤਬ ਕਰੇ ਉਹ ਮਾਰਫਤ ਆ, ਠੀਕ ਹੈ ਨਾ ਮੇਰੀ ਗੱਲ, ਅਗਰ ਮੇਰੇ ਸਾਰੇ ਕੇ ਮਾਰਫਤ ਦੇ ਰੂਪ ਪਹਿਲੂ ਹੁੰਦੇ ਨੇ, ਇੱਕ ਦਾ ਤਾਲੁਕ ਮਾਰੂਫ ਨਾਲ ਹੁੰਦਾ, ਦੇਖੋ ਨਾ ਆਰਿਫ ਮਾਰੂਫ ਰੂਹ ਹੁੰਦਾ ਨਾ, ਆਰਿਫ ਮਾਰਫਤ ਹਾਸਲ ਕਰਨ ਵਾਲਾ, ਮਾਰੂਫ ਜਾਨੀ ਹਾਸਲ ਕੀਤੀ ਜਾਵੇ, ਇਵੇਂ ਨਾ ਹੁਣ ਇੱਕ ਸ਼ਾਇ ਹੈ ਕਿ ਮਾਰੂਫ ਮਲਿਕ ਸਾਹਿਬ ਬੈਠੇ ਮੇਰੇ ਸਾਹਮਣੇ, ਤੋ ਮੈਂ ਆਹਦਾ ਪਿਆ ਕਿ ਇਹ ਇਹਨਾਂ ਦੀ ਮੈਂ ਮਾਰਫਤ ਹਾਸਲ ਕਰਨਾ ਚਾਹੁੰਦਾ, ਤੋ ਇੱਕ ਸ਼ਾਇ ਹੈ ਇਹਨਾਂ ਦੇ ਨਾਲ ਤਾਲੁਕ ਰੱਖੀ, ਇੱਕ ਮੇਰੇ ਨਾਲ ਤਾਲੁਕ, ਇਵੇਂ ਕਿਸੇ ਆਦਮੀ ਦਾ ਕੋਈ ਵੀ ਤਾਰਫ ਹਾਸਲ ਕਰਨਾ ਚਾਹੁੰਦੇ, ਮਾਰਫਤ ਹਾਸਲ ਕਰਨਾ ਚਾਹੁੰਦੇ, ਉਹਦੇ ਮਾਰਫਤ ਦੇ ਦੋ ਪਹਿਲੂ ਹੁੰਦੇ, ਇੱਕ ਦਾ ਤਾਲੁਕ ਬੰਦੇ ਦੇ ਨਾਲ ਹੁੰਦੇ ਜਿਹੜੀ ਮਾਰਫਤ ਹਾਸਲ ਕਰਨਾ ਚਾਹੁੰਦੇ, ਦੂਜਾ ਉਹ ਜਿਹੜਾ ਹਾਸਲ ਕਰਨਾ ਚਾਹੁੰਦਾ ਹੈ ਜਿਹੜੀ ਉਹ ਮਾਰਫਤ, ਤੋ ਮੈਂ ਇਹ ਅਰਜ਼ ਕਰ ਰਿਹਾ ਕਿ ਜੋ ਮਾਰੂਫ ਦੇ ਨਾਲ ਤਾਲੁਕ ਰੱਖਦੀ ਹੈ ਉਹ ਇਹ ਕਿ ਮਾਰੂਫ ਦੀ ਹੈਸੀਅਤ ਕਿਆ ਹੈ, ਮਾਰੂਫ ਦੀ ਹੈਸੀਅਤ ਕਿਆ ਹੈ, ਚਾਹੇ ਉਹ ਅਦਨਾ ਹੈ ਚਾਹੇ ਆਲਾ ਹੈ, ਉਹਦੀ ਹੈਸੀਅਤ ਇੱਕ ਹੁੰਦੀ ਹੈ ਨਾ, ਹਰ ਦੀ ਜੋ ਸਾਹਮਣੇ ਹੁੰਦੇ ਉਹਦੀ ਇੱਕ ਹੈਸੀਅਤ ਹੁੰਦੀ ਹੈ ਨਾ, ਇਹ ਕੋਈ ਸ਼ਰੀਫ ਹੈ, ਕੋਈ ਕਮੀਨਾ ਹੈ, ਕੋਈ ਨਬੀ ਹੈ, ਕੋਈ ਬਲੀ ਹੈ, ਕੋਈ ਸ਼ੈਤਾਨ ਹੈ, ਕੋਈ ਮਰੀਜ਼ ਹੈ, ਕੋਈ ਅਫਸਰ ਹੈ, ਉਹਦੀ ਅਫਸਰ ਦੀ ਇੱਕ ਹੈਸੀਅਤ ਹੈ, ਮਰੀਜ਼ ਦੀ ਵੀ ਹੈਸੀਅਤ ਹੈ, ਉਹ ਕੋਈ ਬੈਸੀਅਤ ਮਰੀਜ਼ ਤੋਂ ਪਹਿਚਾਣਿਆ ਮੈਂ ਜੀ, ਇਵੇਂ ਮਾਲਿਕ ਹੈ, ਗੁਲਾਮ ਹੈ, ਅਬਦ ਹੈ, ਮਮਲੂਕ ਹੈ, ਜੋ ਇਹ ਸਾਰੇ ਸੁਣਤਰ ਹਰ ਦੀ ਇੱਕ ਹੈਸੀਅਤ ਹੈ, ਇਵੇਂ ਮਨਸਬ ਇਲਾਈ ਕੇ ਨਬੀ ਹੈ ਉਹਦੀ ਵੀ ਹੈਸੀਅਤ ਹੈ, ਇਮਾਮ ਹੈ ਉਹਦੀ ਵੀ ਹੈਸੀਅਤ ਹੈ, ਬਲੀ ਹੈ ਉਹਦੀ ਵੀ ਹੈਸੀਅਤ ਹੈ, ਹੈਸੀਅਤ ਦਾ ਤਕਾਜ਼ਾ ਹੁੰਦਾ ਕਿ ਉਹਦੀ ਹੈਸੀਅਤ ਨੂੰ ਪਹਿਚਾਣਿਆ ਜਾਵੇ, ਹੈਸੀਅਤ ਦਾ ਇਹ ਤਕਾਜ਼ਾ ਹੁੰਦਾ ਕਿ ਉਹਦੀ ਹੈਸੀਅਤ ਨੂੰ ਪਹਿਚਾਣਿਆ ਜਾਵੇ, ਔਰ ਆਰਫ ਨਾਲ ਤਾਲੁਕ ਰੱਖਣ ਵਾਲਾ ਪਹਿਲੂ ਇਹ ਹੁੰਦਾ ਕਿ ਹੈਸੀਅਤ ਨੂੰ ਪਰਖ ਕੇ ਉਹਦੇ ਸਟੇਟਸ ਦੇ ਮੁਤਾਬਿਕ ਡੀਲਿੰਗ ਕਰਨਾ, ਸਮਝੀ, ਉਹਦੇ ਮਿਆਰ ਦੇ ਮੁਤਾਬਿਕ ਉਹਦਾ ਇੱਕ ਆਦਮੀ ਹੈ ਸ਼ਰੀਫ ਖਾਨਦਾਨ ਦਾ ਮੁਅੱਜ਼ਜ਼ ਆਦਮੀ ਆਇਆ, ਉਹਦੀ ਹੈਸੀਅਤ ਨੂੰ ਆਦਮੀ ਡਿਟੈਕਟ ਕੀਤਾ ਕਿ ਇਹ ਜੀ ਵਾਕਈ ਸ਼ਰੀਫ ਇਨਸਾਨ ਹੈ, ਹੁਣ ਸ਼ਰੀਫ ਨਾਲ ਰਵੀਆ ਸ਼ਰੀਫਾਨਾ ਰੱਖਣਾ ਇਹ ਆਰਫ ਦੇ ਨਾਲ ਤਾਲੁਕ ਹੈ, ਜਦ ਤਾਰਫ ਹਾਸਲ ਕੀਤਾ ਉਹਦੇ ਵਾਸਤੇ ਕਿ ਉਹਦੇ ਨਾਲ, ਕਿਉਂਕਿ ਇਹ ਵੀ ਹੁੰਦਾ ਹੈ ਸ਼ਰੀਫਾਂ ਦੇ ਲਿਬਾਸ ਬਦਮਾਸ਼ ਫਿਰਦੇ ਹੁੰਦੇ, ਬਦਮਾਸ਼ਾਂ ਦੇ ਲਿਬਾਸ ਬਾਦ ਬਾਦੋ ਬਾਦ ਸ਼ਰੀਫ ਫਿਰਦੇ ਹੁੰਦੇ, ਜੋ ਹਾਲਾਤ ਦੇ ਲਿਬਾਸ ਬਾਗ ਬਾਦੋ ਬਾਦ ਪੂਰਾ ਪਾ ਵੀ ਹੁੰਦੇ ਪਏ, ਦੀਵਾਨਿਆਂ ਦੇ ਰੂਪ ਵਿੱਚ ਫਰਜ਼ਾਨੇ ਵੀ ਹੁੰਦੇ ਪਏ, ਹਾਂਜੀ, ਔਰ ਜੋ ਹਾਲਾਤ ਦੇ ਰੂਪ ਵਿੱਚ ਬਾਦੋ ਬਾਦ ਉਲਮਾ ਹੁੰਦੇ, ਔਰ ਉਲਮਾ ਦੇ ਰੂਪ ਵਿੱਚ ਬਾਦੋ ਬਾਦ ਦੀਨ ਫਰਮੋਸ਼ ਲੋਕ ਚੱਕੇ ਵੀ ਹੁੰਦੇ, ਹਰ ਸ਼ੈ ਹੁੰਦੀ ਹੈ ਨਾ, ਬੇਅਨੀ ਜਿਵੇਂ ਪਾਗਲਾਂ ਦੇ ਰੂਪ ਵਿੱਚ ਬਾਦ ਜੰਨਤ ਫਰੋਸ਼ ਵੀ ਹੁੰਦੇ, ਚਲੋ ਠੀਕ ਹੈ, ਪਾਗਲਾ ਦੇ ਰੂਪ ਜੰਨਤ ਵਿੱਚ ਆਲੇ ਲੋਕ ਵੀ ਹੁੰਦੇ, ਤੋ ਹੈਸੀਅਤ ਉਹਨਾਂ ਦੀ ਜਿਹੜੀ ਹੈ ਉਹ ਪਹਿਚਾਣਨ ਦੀ ਜ਼ਰੂਰਤ ਹੈ, ਉਹਦੇ ਮੁਤਾਬਿਕ ਰਵੀਆ ਰੱਖਿਆ ਵਜੇ ਉਹ, ਹੁਣ ਅਸਲ ਗੱਲ ਹੈ ਕਿ ਕਹੀਂ ਦੀ ਹੈਸੀਅਤ ਜਾਣ ਗਿਰਨਾ ਕਾਫੀ ਨਹੀਂ ਹੁੰਦਾ, ਬਲਕਿ ਉਹਦੇ ਮੁਤਾਬਿਕ ਉਹਦੇ ਨਾਲ ਡੀਲਿੰਗ, ਉਹਦੇ ਨਾਲ ਬਿਹੇਵੀਅਰ, ਉਹਦੇ ਨਾਲ ਰਵੀਆ, ਉਹਦੇ ਨਾਲ ਜੋ ਤਰੀਕਾਕਾਰ ਹੈ ਉਹ ਰੱਖਿਆ ਹੋਇਆ ਸੀ ਉਹ ਸਹੀ ਹੋ ਸੀ, ਮਾਰਫਤ ਉਹਦੇ ਔਰ ਹੈਸੀਅਤ ਦੇ ਮੁਤਾਬਿਕ ਡੀਲਿੰਗ ਦਾ ਨਾਮ ਹੈ, ਵਰਨਾ ਬਰਅਕਸ ਜਾਹਲੀਅਤ ਹੈ, ਜ਼ਮਾਨੇ ਦੇ ਇਮਾਮ ਹੈ ਅਸਾਂ ਬੰਦੇ ਹੈ ਜੀ, ਜ਼ਮਾਨੇ ਦੇ ਇਮਾਮ ਹੈ ਉਹ, ਸਾਡੇ ਮਾਲਿਕ ਹੈ ਉਹ, ਸਭ ਕੁਛ ਹੈ, ਲੇਕਿਨ ਉਹਨਾਂ ਕੋ ਮਾਲਿਕ ਸਮਝ ਕੇ ਉਹਦੇ ਤੇ ਅਮਲ ਪੈਰਾ ਅਗਰ ਅਸਾਂ ਨਹੀਂ ਹੈ ਤੋ ਮਾਰਫਤ ਨਹੀਂ, ਉਹ ਵੀ ਜਾਹਲੀਅਤ ਦੇ ਦਾਇਰੇ ਵਿੱਚ, ਮਾਲਿਕ ਕੋ ਮਾਲਿਕ ਦਾ ਮਕਾਮ ਨਿਮਣਾ ਔਰ ਉਹਦੇ ਮਲਕੀਅਤ ਆਪਣੇ ਆਪ ਨੂੰ ਕਰਾਰ ਦੇ ਕੇ ਸਾਬਿਤ ਕਰਨਾ, ਪ੍ਰੈਕਟੀਕਲੀ ਕੋ ਸਾਬਿਤ ਕਰਨਾ, ਇਹ ਮਾਰਫਤ ਹੀ ਵਾਸਤੇ ਸ਼ਹਿਨਸ਼ਾਹ ਅਮੀਰ ਮੋਮਿਨੀਨ ਅਲੈਹਿ ਸਲਾਤੁ ਸਲਾਮ ਨੇ ਸਭ ਕੋਈ ਇਬਰਤ ਵਾਸਤੇ ਫਰਮਾਇਆ ਕਿ ਉਹ ਇਨਸਾਨ ਜਿਹੜੇ ਤੇਰੇ ਜਾਨਵਰ ਹੈ ਉਹ ਤਾਂ ਤੇਰੀ ਮਾਰਫਤ ਰੱਖਦੇ, ਮਗਰ ਤੂੰ ਆਪਣੇ ਮਾਲਿਕ ਦੀ ਮਾਰਫਤ ਨਹੀਂ ਰੱਖਦਾ, ਹੁਣ ਇੱਕ ਨਹੀਂ ਸੋਚੇ ਕਿ ਕੋਈ ਜਾਨਵਰ ਸਾਡੇ ਨਾਲ ਵਾਸਨਾ ਹੋਵੇ,
ਆਬਾ ਅਜਦਾਦ ਤੋਂ ਆਸਣਾ ਹੋਵੇ, ਜਾਤ ਪਾਤ ਤੋਂ ਆਸਣਾ ਹੋਵੇ, ਖਾਨਦਾਨੀਅਤ ਤੋਂ ਆਸਣਾ ਹੋਵੇ, ਅਖਤਿਆਰਾਤ ਤੋਂ ਆਸਣਾ ਹੋਵੇ। ਕੋਈ ਜਾਨਵਰ ਇਨਸਾਨ ਦਾ ਬਾਇਓਡਾਟਾ ਜਾਣਦਾ ਹੀ ਨਹੀਂ, ਸਿਰਫ ਇਤਨਾ ਜਾਣਦੇ ਕਿ ਮੇਰਾ ਮਾਲਕ ਹੈ, ਜੋ ਮੇਰੀ ਗਰਦਨ ਦਾ ਵੀ ਮਾਲਕ ਹੈ, ਮੇਰੇ ਖੂਨ ਦਾ ਵੀ ਮਾਲਕ ਹੈ, ਮੇਰੀ ਔਲਾਦ ਦਾ ਵੀ ਮਾਲਕ ਹੈ, ਹਰ ਸ਼ੈ ਦਾ ਮਾਲਕ ਹੈ। ਇਹਦਾ ਮਤਲਬ ਇਹ ਕਿ ਮਾਰਫਤ ਹੈ, ਮਿਲਕੀਅਤ ਦਾ ਇਕਰਾਰ ਕਰਕੇ ਉਹਨੂੰ ਤੇ ਸਾਬਿਤ ਕਦਮ ਰਹਿਣਾ। ਸਿਰਫ ਇਹ ਆਖਣਾ ਨਹੀਂ ਜੀ ਮਾਲਕ ਇਨਸਾਨ ਹੈ, ਜ਼ਬਾਨੀ ਤੇ ਕੁਛ ਨਹੀਂ, ਜ਼ਬਾਨੀ ਮਖਲੂਕ ਖੁਦਾ ਵੀ ਸਰਪੇ ਦੀ ਰਹੀ ਹੈ, ਕਹਿੰਦਾ ਕੋਈ ਫਾਇਦਾ ਹੈ। ਜ਼ਬਾਨੀ ਆਖਣ ਨਾਲ ਨਹੀਂ, ਪ੍ਰੈਕਟੀਕਲ ਲਾਈਫ ਵਿੱਚ ਹੈ। ਜਾਹਲੀਅਤ ਨੂੰ ਮੁਰਾਦ ਕਿਆ ਸਕੀ ਸਮਝਦੇ ਹਨ ਕਿ ਅਰਬ ਦੇ ਜਿਹੜੇ ਕੁਫਾਰ ਹਨ ਉਹ ਬਿਲਕੁਲ ਜਾਹਲ ਹਨ, ਅਨਪੜ੍ਹ ਹਨ, ਗਵਾਰ ਹਨ, ਬੜੇ ਸਕਾਲਰ ਆਦਮੀ ਹਨ, ਬੜੇ ਦਾਨਿਸ਼ਵਰ ਲੋਕ ਹਨ। ਉਹਨਾਂ ਦੇ ਬੜੇ ਮਸ਼ਹੂਰ ਜਿਹੜੇ ਅਗਰ ਤੁਸੀਂ ਉਹਨਾਂ ਦੇ ਦੇਖੋ ਨਾ ਅਰਬਾਂ ਦੇ, ਉਹ ਜਨਾਬ ਟਾਚੀ ਦਾ ਪੇੜਾ ਦੇਖ ਕੇ ਦੱਸੇ ਨੇ ਟਾਚੀ ਹਮਲਾ ਹੈ ਕੋਈ ਨਾ, ਕਿਤਨੇ ਮਹੀਨੇ ਦਾ ਬੱਚਾ ਇਹਦੇ ਪੇਟ ਦੇ ਵਿੱਚ ਜੀ, ਟਾਚੀ ਦੇ ਪੇੜ ਦੇ ਵਜ਼ਨ ਨੂੰ ਅੰਦਾਜ਼ਾ ਲਾ ਗਿੰਦੇ ਆ, ਇਤਨੇ ਬੜੇ ਸਕਾਲਰ ਹਨ। ਲੇਕਿਨ ਉਹਦੇ ਬਾਵਜੂਦ ਜਾਹਲੀਅਤ ਨਸਬ ਵਿੱਚ ਇਹ ਕਿਉਂ ਕਿ ਉਹਨਾਂ ਨੇ ਆਪਣੇ ਵਕਤ ਦੇ ਮਾਲਕ ਨੂੰ ਪਹਿਚਾਣਿਆ ਨਹੀਂ, ਉਹਨਾਂ ਦੇ ਨਾਲ ਮਿਲ ਕਰਾਰੇ ਮਿਲਕੀਅਤ ਨਹੀਂ ਕੀਤਾ। ਨੁਕਸ ਹੈ ਤੇ ਡੀਲਿੰਗ ਦੇ ਵਿੱਚ ਹੈ, ਸਮਝਣ ਦੇ ਵਿੱਚ ਨਹੀਂ। ਸਮਝੇ ਨੁਕਸ ਜਿਹੜਾ ਹਾਂ ਸ਼ਹਿਨਸ਼ਾਹ ਦੇ ਮਹਾਰਾਜਾ ਦਾ ਫਰਜ਼ ਸ਼ਰੀਫ ਜਾਣ ਵਾਲੇ ਕਿਤਨੇ ਲੋਕ ਹੈ, ਸਾਰੇ ਕਿਤਾਬਾਂ ਦੇ ਲਿਖਣ ਕਿ ਜਿਹੜੇ ਜਿੰਦਰੇ ਮਜ਼ਾਹਿਬ ਆਲਮ ਮੌਜੂਦ ਹਨ, ਸਾਰੇ ਮਜ਼ਾਹਿਬ ਦੇ ਅੰਦਰ ਕੇ ਕਾਮਣ ਵਾਲੀ ਜ਼ਾਤ ਮੌਜੂਦ ਹੈ, ਉਹਨਾਂ ਨੇ ਆਮਣੇ ਵਾਲੇ ਜੇ। ਲੇਕਿਨ ਅਸਲ ਗੱਲ ਨੂੰ ਡੀਲਿੰਗ ਦੀ ਹੈ ਨਾ, ਅਗਰ ਇਹ ਤਾਰਫ ਲਫ਼ਜ਼ੀ ਤਾਰ ਹੈ ਤਾਂ ਸਾਰੇ ਜਾਣਦੇ, ਲੇਕਿਨ ਅਸਲ ਉਹਨਾਂ ਦਾ ਬਿਹੇਵੀਅਰ ਕਿਆ, ਰਵੀਆ ਕਿਆ ਹੈ। ਜਿਹੜੇ ਉਲਮਾ ਜਿਹਨੇ ਕਮ ਤੋਂ ਕਮ 3000 ਜਾਂ ਜ਼ਿਆਦਾ 80,000 ਦੀ ਤਦਾਦ ਜਿਹੜੀ ਲਿਖੀ ਹੋਈ ਹੈ ਕਿ ਸਰਕਾਰ ਦੇ ਮੁਕਾਬਲੇ ਆਸਣ ਔਰ ਤਲਵਾਰ ਦੇ ਸਾਥ ਆਸਣ ਕਰਦੇ ਨਾ, ਉਹਨਾਂ ਨੂੰ ਕਿਆ ਉਹ ਉਲਮਾ ਜਿਹੜੇ ਹਨ ਉਹ ਨਾ ਜਾਣਦੇ ਹੁਸਨ ਕਿ ਫਤਨ ਦੇ ਰਸੂਲ ਹੈ, ਉਹ ਨਾ ਜਾਣਦੇ ਹੁਸਨ, ਉਹਨਾਂ ਕੋ ਬਲਦੀਅਤ ਮਾਲੂਮ ਨਾ ਹੋਸੀ, ਹੱਕੇ ਇਮਾਮ ਮਾਲੂਮ ਨਾ ਹੋਸੀ, ਹਰ ਸ਼ੈ ਮਾਲੂਮ ਹੋਸੀ, ਨੁਕਸ ਹੋਸੀ ਤੇ ਡੀਲਿੰਗ ਦਾ ਹੋਸੀ, ਜਿਹਦੀ ਵਜ੍ਹਾ ਤੋਂ ਉਹਨਾਂ ਦੀ ਗਰਦਨ ਤੇ ਤਲਵਾਰ ਚੱਲ ਰਹੀ ਹੈ। ਉਹ ਡੀਲਿੰਗ ਅਗਰ ਅੱਜ ਸਾਰੀ ਦਰੁਸਤ ਨਾ ਹੋਸੀ ਤਾਂ ਨਤੀਜਾ ਉਹ ਹੋਸੀ ਜਿਹੜਾ ਉਹਨਾਂ ਵਾਲਾ ਬਾਤ ਹੈ, ਸਿਰਫ ਜ਼ਬਾਨੀ ਗੱਲ ਕੁਛ ਨਹੀਂ ਹੈ, ਆਪਣੇ ਰਵੀਆ ਪ੍ਰੈਕਟੀਕਲ ਦਰਸ਼ ਕਰਬਲਾ ਨੇ ਸਭ ਕਿਆ ਦੱਸਿਆ ਕਿ ਜਿਤਨੇ ਹਜ਼ਾਰ ਜਾਂ ਜਿਤਨੇ ਲੱਖ ਲੋਕ ਆਏ ਹੋਏ ਹਨ ਕਰਬਲਾ ਦੇ ਵਿੱਚ, ਕਿਹੜਾ ਹਾਲ ਮਾਲੂਮ ਜਿਹੜਾ ਨਹੀਂ ਜਾਣਦਾ ਕਿ ਫਰਦਨ ਦੇ ਰਸੂਲ ਜੀ, ਦੋ ਦੁਸ਼ਮਣ ਸਾਰੇ ਜਾਣਦੇ, ਕਹਿਕੋ ਪਤਾ ਕੋਈ ਨਹੀਂ ਕਿ ਨਵਾਜ਼ ਸ਼ਹਿਰ ਰਸੂਲ ਹੈ, ਸਾਰੇ ਜਾਣਦੇ ਹਨ, ਇਕਰਾਰ ਵੀ ਕਰੇ ਮਨੇਜੇ ਵੀ ਹਨ, ਇਬਨ ਸਾਦ ਜੈਸਾ ਮਲੂਨ ਵੀ ਆਖ ਰਹੇ ਹੋ ਕਿ ਮੈਨੂੰ ਪਤਾ ਹੈ ਕਿ ਫਰਜ਼ਾਂ ਦੇ ਰਸੂਲ ਕੁਛ ਅਹੀਦ ਕਰਨਾ ਅਜ਼ਾਬ ਆਪਦੀ ਮੈਂ ਤੌਬਾ ਕਰ ਜਾਂ ਸਾ, ਨੁਕਸ ਇਹ ਦਾ ਡੀਲਿੰਗ ਦੇ ਵਿੱਚ ਰਵੀਏ ਦੇ ਵਿੱਚ ਨੁਕਸ ਇਹ ਮਾਰਫਤ ਜਿਹੜੀ ਹੈ ਜ਼ਬਾਨੀ ਮਾਲੂਮ ਕਰਨਾ ਇਲਮੀ ਤੌਰ ਤੇ ਨਾਲੇਜ ਇਨਫਾਰਮੇਸ਼ਨ ਦਾ ਪਲੰਦਾ ਮਾਰਫਤ ਨਹੀਂ ਹੁੰਦਾ, ਅਮਲੀ ਤੌਰ ਤੇ ਪ੍ਰੈਕਟੀਕਲ ਮਾਰਫਤ ਦੇ ਕਈ 100 ਪਹਿਲੂ ਹੈ ਜਿਹੜੇ ਜ਼ਾਤ ਦੀ ਤਰਫ ਮਾਇਲ ਕਰਦੇ, ਕਈ 100 ਪਹਿਲੂ ਮਾਰਫਤ ਹਨ ਜਿਹੜੀ ਜ਼ਾਤ ਦੇ ਨਾਲ ਮੁਹੱਬਤ ਦੇ ਪਾਸੇ ਆਮਾਦਾ ਕਰਦੇ ਹਨ, ਉਕਸਾਉਂਦੇ ਹਨ, ਉਹ ਕਈ 100 ਹਨ। ਲੇਕਿਨ ਇਹਨਾਂ ਸਭ ਵਿੱਚੋਂ ਜੋ ਸੂਦ ਅਸਰ ਜ਼ਿਆਦਾ ਮੌਸਰ ਸ਼ਰੀਰ ਉਲ ਅਸਰ ਫੌਰੀ ਮੁਹੱਬਤ ਕਰਨ ਵਾਲਾ ਪਹਿਲੂ ਹੈ ਮਾਰਫਤ ਦਾ, ਉਹ ਹੈ ਇਰਫਾਨ ਮੁਹਸਨੀਅਤ, ਕਿ ਬੰਦਾ ਇਹ ਸਮਝ ਕੇ ਕਿ ਇਹ ਮੇਰੇ ਮੁਹਸਨ ਹੈ, ਇਹਨਾਂ ਦਾ ਮੇਰੇ ਤੇ ਇਹਸਾਨ ਹੈ, ਇਹਸਾਨਾਤ ਦਾ ਅਗਰ ਇਲਮ ਜੀਵੇ ਸੀ ਤਾਂ ਉਹ ਅੰਦਰ ਮੁਹੱਬਤ ਖੁਦ ਬਖੁਦ ਹੋਣਾ ਸ਼ੁਰੂ ਹੋ ਜਾਵੇ। ਇਹਸਾਨ ਦਾ ਤਕਾਜ਼ਾ ਹੈ ਮੁਹੱਬਤ, ਇਨਸਾਨ ਨੇ ਬਾਜ਼ੀ ਜੇ ਸੂਰਜ ਪ੍ਰਸਤੀ ਕੀਤੀ ਹੈ, ਆਤਿਸ਼ ਪ੍ਰਸਤੀ ਕੀਤੀ ਹੈ, ਦਰਖਤਾਂ ਦੀ ਪੂਜਾ ਕੀਤੀ ਹੈ, ਕਿਸ ਵਾਸਤੇ ਕੀਤੀ ਹੈ ਕਿ ਸੂਰਜ ਸਾਡੀਆਂ ਫਸਲਾਂ ਪਕੇਂਦਾ ਹੈ, ਸਾਕੋ ਹਿਰਾਰਤ ਪਹੁੰਚਾਉਂਦਾ ਹੈ, ਸਾਡੇ ਨਿਜ਼ਾਮ ਪੂਰੀ ਦੁਨੀਆ ਦਾ ਹਿੰਦ ਤੇ ਚੱਲਦਾ ਪਿਆ, ਬਾਦਸ਼ਾਹ ਵਗੈਰਾ ਹਰ ਸ਼ੈ, ਲਿਹਾਜ਼ਾ ਇਹਦਾ ਇਹਸਾਨ ਹੈ ਔਰ ਇਹਸਾਨ ਦਾ ਤਕਾਜ਼ਾ ਇਹਦਾ ਸਜਦਾ ਕੀਤਾ ਹੋਇਆ। ਲੋਕਾਂ ਨੇ ਅੱਗ ਦੀ ਪੂਜਾ ਕੀਤੀ ਹੈ ਕਿ ਇਹ ਅੱਗ ਦੇ ਨਾਲ ਸਾਡੀ ਜ਼ਿੰਦਗੀ ਵਾਪਸਦਾ ਹੈ, ਕਾਫੀ ਕੰਮ ਅਸਾਈ ਗੁਰੂ ਗਿੰਦੇ ਹੈ, ਇਹਦਾ ਵੇਖ ਕੇ ਸਾਰੇ ਲੋਕਾਂ ਨੇ ਆਦਿਸ਼ ਪ੍ਰਸਤੀ ਕੀਤੀ ਹੈ, ਦਰਖਤਾਂ ਤੋਂ ਫਾਇਦਾ ਉਠਾਇਆ, ਦਰਖਤਾਂ ਦੀ ਪੂਜਾ ਕੀਤੀ ਹੈ ਇਨਸਾਨ ਕਹਿੰਦੇ ਵਿੱਚ ਵੀ, ਇਹ ਵਾਸਤੇ ਜਰਾਬ ਮੂਸਾ ਅਲੈਹ ਸਲਾਮ ਨੂੰ ਫਰਮਾਨ ਹੋਇਆ ਹੈ ਕਿ ਲੋਕਾਂ ਦੇ ਦਿਲਾਂ ਵਿੱਚ ਸਾਡੀ ਮੁਹੱਬਤ ਕਾਸ਼ ਕਰੋ, ਉਹਨਾਂ ਨੇ ਅਰਜ਼ ਕੀਤਾ ਕਿ ਖਾਲਿਕ
ਇੱਕ ਜਜ਼ਬਾ ਹੈ, ਜਜ਼ਬਾ ਮੈਂ ਕਿਵੇਂ ਪੈਦਾ ਕਰ ਸਕਦਾ? ਤੇ ਜਵਾਬ ਵਿੱਚ ਇਹ ਫਰਮਾਇਆ ਗਿਆ ਕਿ ਤੁਸੀਂ ਸਾਡੇ ਅਹਿਸਾਨਾਤ ਬਿਆਨ ਕਰੋ, ਕਿਦਰਤ ਦੇ ਮਾਸਨ ਨਾਲ ਮੁਹੱਬਤ ਹਰ ਤੱਕ ਕਰਦਾ ਹੈ। ਸਾਰੀ ਮੁਹੱਬਤ ਪਹਿਲਾ ਦਸ ਕਰਬਲਾ ਆ ਗਏ ਨੇ ਮੇਰੀ ਬਾਤ। ਇਹ ਬਾਤ ਮੈਂ ਸਭ ਨੂੰ ਕਹਿ ਰਿਹਾ ਸੀ ਕਿ ਮੋਹਸਨੀਅਤ ਮੁਹੱਬਤ ਪੈਦਾ ਕਰਦੀ ਹੈ, ਇਰਫਾਨ ਮੋਹਸਨੀਅਤ ਮੁਹੱਬਤ ਪੈਦਾ ਕਰਦਾ ਹੈ। ਦਾਵੀ ਦਾ ਨਹੀਂ ਹੈ ਰੋਜ਼ ਆਸੂ, ਕਿਆਮਤ ਦਾ ਨਹੀਂ ਹੈ। ਕਰੀਮ ਕਰਬਲਾ ਦੀਨ ਛੋੜਦੀ ਹੈ, ਜ਼ਾਲਮੀ ਨੇ ਸਮਝੇ ਅਕਸਰ ਕੰਮ ਮੁੱਕ ਗਏ, ਥੋੜਾ ਜਿਹਾ ਰਹਿੰਦਾ ਹੈ। ਕੋਈ ਵੀ ਬਣ ਕੇ ਕਰਦੇ ਸੀ, ਹਾਂ ਅਕਸਰ ਕੰਮ ਮੁੱਕ ਗਏ, ਥੋੜਾ ਜਿਹਾ ਬਾਕੀ ਰਹਿੰਦਾ ਹੈ। ਇਹ ਕੰਮ ਕੋਈ ਵੀ ਕਰ ਸਕਦਾ, ਕੋਈ ਵੀ ਕਰੇ ਸੀ, ਮਗਰ ਉਹਨੇ ਕੈਫੀਅਤ ਇਹ ਕਿ ਚਾਰੇ ਪਾਸੇ ਲਸ਼ਕਰ ਹੈ, ਕਰੀਮ ਕਰਬਲਾ ਦਰਮਿਆਨ ਦੇ ਵਿੱਚ ਆਲਮ ਇਸਤਗਰਾਕ ਦੇ ਵਿੱਚ ਝੂਮ ਰਿਹਾ। ਇੱਕ ਹਜ਼ਾਰ 950 ਜ਼ਖਮ ਆਰਾਸਤਾ ਹੈ ਜਿਸਮ ਉੱਤੇ। ਸਾਹਿਬਾਨ ਮਕਤਲ ਲਿਖਦੇ ਨੇ ਸ਼ਾਖ ਜ਼ਾਫਰਾਨ ਵਾਂਗੂ ਸਰ ਕਰੋ ਗਿਣ ਕੇ ਕਦਮਾਂ ਤੇ ਸੁਰਖ ਲਿਬਾਸ ਦਾ ਕੋਈ ਹਿੱਸਾ ਐਸਾ ਨਾ ਜੋ ਰੰਗੀਨ ਨਾ ਹੋਵੇ, ਝੂਮ ਰਹੇ ਐ ਨੂੰ ਮੈਨੇ ਇਬਨੇ ਸਾਥ ਘੋੜੇ ਤੇ ਚੜ ਕੇ ਆਏ ਆ ਕੇ ਆਦੇ ਹੁਣ ਕੰਮ ਤਾਂ ਮੁੱਕ ਗਏ, ਕੋਈ ਵੰਜੋ ਸਰੀਅਤ ਹਰ ਗਿਣ ਨਾ ਹੋ ਕੀ ਔਰ ਇਰਾਮ ਕਿਨੂੰ ਕੋਈ ਜਾਵੇ, ਕੋਈ ਜਾਵੇ ਇਰਫਾਨ ਮੌਸਮੀਅਤ ਦੇਣ ਚਲਾਵੇ। ਮੇਰਾ ਮੌਜੂ ਹੈ ਨਾ ਇਰਫਾਨ ਮੌਸਮੀਅਤ ਇਹਸਾਨ ਉਹ ਦਿਨ ਕਿ ਕੋਈ ਵੰਜੇ ਤਾਰੀਖ ਨਜ਼ਰ ਨੇ ਵਖਾ ਫਖਰਾ ਤੁਮ ਨਲ ਅਸਕਰ ਅਰਬਾਉਨ ਫਾਰਿਸ ਉਹ ਮੇਰੇ 40 ਘੋੜੇ ਸਵਾਰ ਘੋੜਾ ਲਗੂ ਤੇ ਬਥਾਏ, 40 ਘੋੜੇ ਸਵਾਰ ਘੋੜ ਆਗੂ ਤੇ ਵਧਾਈ ਨਾਮ ਤੇ ਲਾਲਚ ਵਿੱਚ ਆਦੇ ਹੋ ਘੋੜੇ ਦੇਖ ਕੇ ਜ਼ਿਲ ਚੌਸਨ ਮਲੂਨ ਉਹਨਾਂ ਕੋ ਰੋਕ ਕੇ ਉਹਨਾਂ ਕੋ ਆਦਾ ਹੈ ਮਜ਼ਲੂਮ ਹਿੱਕ ਕੇ ਮਾਰਨ ਵਾਸਤੇ 40 ਮੈਂ ਆਉਂਦੇ ਹਾਂ, ਮਕਤੂਲ ਹਿੱਕ ਕੇ 40 ਕਾਤਿਲ ਫੈਸਲਾ ਕਰੋਂਗੇ ਸਾਰੇ ਆਦਮ ਅਸਾਂ ਮੰਨਣਾ ਚਾਹੁੰਦੇ ਹਾਂ। ਆਏ 40 ਤਾਰੀਖ ਦੱਸਿਆ ਦੀ 9 ਤੋਰ ਪਹੁੰਚਣ ਬਾਕੀ ਬਚਾ ਵਰ ਗਿਆ ਨਾ, ਆਏ ਲਸ਼ਕਰ ਨੂੰ 40 ਨਿਕਲੇ ਉਹਨਾਂ 9 ਦਾ ਤਸਕਰਾ ਮੈਂ ਨਹੀਂ ਕਰਦਾ, ਮੈਂ ਸਿਰਫ ਇੱਕ ਦਾ ਤਸਕਰਾ ਕਰ ਉਹਨਾਂ ਵਿੱਚ ਇੱਕ ਘੋੜੇ ਸਵਾਰ ਹੈ ਨੌਜਵਾਨ ਹੈ ਬੜਾ ਖੂਬਸੂਰਤ, ਇਹ ਘੋੜੇ ਤੋਂ ਲੱਥਾ ਹੈ ਜੀ, ਇਹ ਘੋੜੇ ਤੋਂ ਲੱਥਾ ਹੈ, ਇਹਨੇ ਆਪਣੀ ਆਵਾਜ਼ ਲਹਾ ਕੇ ਇਹ ਚਾਦਰ ਰਿਦਾ ਲਹਾ ਕੇ ਆਪਣੇ ਘੋੜੇ ਦੀ ਕੋਚ ਤੇ ਸੱਟੀ ਹੈ। ਸਰਕਾਰ ਦੇ ਬਿਲਕੁਲ ਕਰੀਬ ਹੈ, ਉਹਨ ਸਰਕਾਰ ਤਲਵਾਰ ਦੇ ਕਬਜ਼ੇ ਤੇ ਮੱਥਾ ਰੱਖਿਆ ਹੋਇਆ ਇਹ ਸਾਹਮਣੇ ਆ ਖੜਾ ਹੈ, ਸਰਕਾਰ ਹੌਲੇ ਹੌਲੇ ਨਿਗਾਹ ਉਠਾਈ, ਤੂੰ ਇੱਕ ਸ਼ਹੀਦ ਕਰਨ ਆ ਗਏ ਇਹ ਆਦ ਜੀ ਨਾਮ ਗਿਣਨ ਸਰਕਾਰ ਪਰ ਮੈਨੂੰ ਤੂੰ ਕਿਹੜਾ ਸੋਹਣਾ ਜਵਾਨ ਹੈ, ਕੈਸੀ ਖੂਬਸੂਰਤ ਤੇਰੀ ਜਵਾਨੀ ਹੈ, ਤਰਸ ਕਰ ਆਪਣੀ ਜਵਾਨੀ ਦੇ ਉੱਤੇ। ਇਹ ਆਦਾ ਸਰਕਾਰ ਤੁਸਾਂ ਇਹ ਮੈਂ ਨਾ ਕਿਹਾ ਸਰ ਕੋਈ ਵੀ ਆਦ ਕਰ ਇਨਾਮ ਗਿਣਦੇ ਸੀ ਸ਼ਹੀਦ ਤੋਂ ਤੂੰ ਕਰਨਾ ਹੀ ਕਰਨਾ ਲੋਕਾਂ ਨੇ ਜੇ ਮੈਂ ਇਨਾਮ ਗਿਣ ਮੈਨੂੰ ਹੁਣ ਮੈਂ ਨਾ ਗਿਣਾ ਸਰਕਾਰ ਫਿਰ ਮੈਨੂੰ ਇਨਾਮ ਤਾਂ ਕੋਈ ਨਹੀਂ ਗਿਣ ਸਕਦਾ ਨਾ, ਲੇਕਿਨ ਅਸਾਂ ਇਹ ਚਾਹੁੰਦੇ ਹਾਂ ਬਚ ਜਾਵੇ ਆ ਜਾਣਾ ਇਹ ਸੋਹਣੀ ਜਵਾਨੀ ਕੋ ਜਹੰਨਮ ਦੀ ਅੱਗ ਤੋਂ ਬਚਾ ਕੇ ਨਿਹਾਲ ਤਾਂ ਚੰਗੀ ਗੱਲ ਆਈ। ਅਗਰ ਇਹ ਸਭ ਨੂੰ 40 ਜਵਾਨ ਆਏ ਖੰਡ ਸ਼ਹੀਦ ਕਰਨ ਵਾਸਤੇ, ਅਗਰ ਇਹ ਸਭ ਨੂੰ ਸ਼ਹੀਦ ਨਾ ਵੀ ਕਰਨ ਤਾਂ ਵੀ ਇਤਨੇ ਜ਼ਖਮ ਸਾਡੇ ਸੀਨੇ ਤੇ ਲੱਗ ਚੁੱਕੇ ਨੇ, ਚੰਦ ਘੜੀਆਂ ਦੇ ਮਹਿਮਾਨ ਹੈ ਉਹ ਹੀ ਅਸਾਂ ਤੋਂ ਬਣ ਗਏ। ਜੇ ਹਮ ਚੱਪਲੇ ਪੈਗੰਬਰ ਜੈਸਾ
ਮੈਦਾਨ ਤੇ ਕੁੱਤੇ ਸਾਹਮਣੇ ਪਏ ਹੋਵੇ, ਮਾਸੂਮ ਸਗੀਰ ਸਾਹਮਣੇ ਸੁੱਤਾ ਹੋਇਆ ਹੋਵੇ, ਤਾਂ ਕਿ ਚੋਖਾ ਲਾਤਾ ਨਾ ਸੀ। ਸਾਰੇ ਮਾਂ ਪਿਓ ਤੁਹਾਨੂੰ ਕੁਰਬਾਨ।